6 महीने पहला गए 20 साला पंजाबी नौजवान की कैनेडा च दर्दनाक मौत हो गई है। दस दिए राहुल हांडा जो कि अजे 6 महीने पहला ही स्टूडेंट वीजा से कैनेडा गया सी, दी सड़क हादसे च दर्दनाक मौत हो गई है। मृतक सोटल का रहने वाला सी। पुत्र की मौत की खबर सुनते ही परिवार च सन्नाटा छा गया ते मापिया का रो रो बुरा हाल है। परिवारक मैंबर ने दसिया कि राहुल 6 महीने पहला ही स्टडी वीजे से कैनेडा गया सी। परिवार को उम्मीद सी कि वह कैनेडा च पढ़ाई करने तो बाद उत्थे ही सैटल हो जाएगा ते परिवार की देखभाल करेगा, पर उन्होंने नहीं पता सी कि उन्होंने पुत्र नाल अजिहा मनभागा ਪਾਣਾ ਵਰਤ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਆਪਣੇ 3 ਦੋਸਤਾਂ ਨਾਲ ਕਿਸੇ ਨੂੰ ਲੈਣ ਜਾ ਰਿਹਾ ਸੀ। ਇਸੇ ਦੌਰਾਨ ਰਸਤੇ 'ਚ ਉਸ ਨਾਲ ਹਾਦਸਾ ਹੋ ਗਿਆ ਅਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਦੋਂ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਰਾਹੁਲ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਉਸਦੇ ਬਾਕੀ 3 ਦੋਸਤਾਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਪਰਿਵਾਰ ਨੇ ਸਰਕਾਰ ਨੂੰ ਪੁੱਤਰ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਮਾਪੇ ਕਿੰਨੇ ਸੁਪਨਿਆਂ ਅਤੇ ਚਾਵਾਂ ਨਾਲ ਪਾਲੇ ਪੁੱਤਾਂ ਨੂੰ ਵਿਦੇਸ਼ ਭੇਜਦੇ ਨੇ, ਪਰ ਉਹਨਾਂ ਅਤੇ ਦੁੱਖਾਂ ਦਾ ਪਹਾੜ ਉਦੋਂ ਟੁੱਟ ਜਾਂਦਾ ਹੈ ਜਦੋਂ ਵਿਦੇਸ਼ ਤੋਂ ਕੋਈ ਮਨਭਾਗੀ ਖਬਰ ਆਉਂਦੀ ਹੈ। ਅਜਿਹਾ ਹੀ ਦੁੱਖਾਂ ਦਾ ਪਹਾੜ ਹੁਣ ਸੋਡਲ ਦੇ ਇੱਕ ਪਰਿਵਾਰ 'ਤੇ ਟੁੱਟਿਆ। ਉਹਨਾਂ ਦੇ 20 ਸਾਲਾਂ ਪੁੱਤਰ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।